ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਆ ਗੁਰਮੀਤ ਕੌਰ, ਜਵੰਦਾ ਬੁਟੀਕ ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ, ਆਪਾਂ ਆ ਗਿਆ ਹੋਰ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਰੰਗ ਡਿਜ਼ਾਈਨ ਲੈ ਕੇ, ਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਜੀ, ਸਕਰੀਨ ਦੇ ਉੱਪਰ ਵਟਸਐਪ ਦਾ ਨੰਬਰ ਦਿਖਾਈ ਦਿੰਦਾ, ਤੁਸੀਂ ਸਕਰੀਨ ਸ਼ੋਟ ਲੈ ਕੇ ਭੇਜ ਸਕਦੇ ਹੋ ਤੇ ਆਪਣੇ ਲਈ ਸੂਟ ਆਰਡਰ ਕਰ ਸਕਦੇ ਹੋ। ਇਹ ਸੂਟ ਤੁਸੀਂ ਸਾਡੇ ਤੋਂ ਘਰ ਬੈਠੇ ਮੰਗਵਾ ਸਕਦੇ ਹੋ, ਸਿਲਾਈ ਕਰਕੇ ਵੀ ਮੰਗਵਾ ਸਕਦੇ ਹੋ, ਬਿਨਾਂ ਸਿਲਾਈ ਤੋਂ ਵੀ ਮੰਗਵਾ ਸਕਦੇ ਹੋ। ਤੁਸੀਂ ਆਪਣੇ ਹਿਸਾਬ ਦੇ ਨਾਲ ਕੋਈ ਵੀ ਜਿਹੜਾ ਰੰਗ ਆ ਉਹਦੇ ਉੱਪਰ ਇਹ ਸੂਟ ਕਰਵਾ ਸਕਦੇ ਹੋ, ਕਿਸੇ ਵੀ ਸਟੱਫ 'ਤੇ ਕਰਵਾ ਸਕਦੇ ਹੋ। ਹਰ ਤਰ੍ਹਾਂ ਦਾ ਸਟੱਫ ਆਪਣੇ ਕੋਲ ਅਵੇਲੇਬਲ ਹੈ, ਹਰ ਤਰ੍ਹਾਂ ਦੇ ਆਪਣੇ ਕੋਲ ਵਰਕਰ ਅਵੇਲੇਬਲ ਨੇ ਜੋ ਕਿ ਤੁਹਾਨੂੰ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤਿਆਰ ਕਰਕੇ ਦੇਣਗੇ। ਠੀਕ ਹੈ, ਤੁਸੀਂ ਸਾਨੂੰ ਦੱਸਣਾ ਜੀ ਵੀ ਇਸ ਤਰ੍ਹਾਂ ਦਾ ਸਾਨੂੰ ਲਾਈਟ ਡਾਰਕ, ਇਸ ਤਰ੍ਹਾਂ ਦਾ ਕੰਟਰਾਸਟ, ਇਸ ਤਰ੍ਹਾਂ ਦਾ ਫੈਬਰਿਕ, ਇਸ ਤਰ੍ਹਾਂ ਦਾ ਵਰਕ ਚਾਹੀਦਾ, ਆਪਾਂ ਉਸ ਹਿਸਾਬ ਨਾਲ ਹੀ ਤੁਹਾਨੂੰ ਕੰਮ ਕਰਕੇ ਦੇਵਾਂਗੇ। ਚਲੋ ਠੀਕ ਹੈ ਜੀ, ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ, ਜੇ ਵੇਖਦੇ ਹੋ ਯੂਟਿਊਬ ਚੈਨਲ ਪੰਜਾਬੀ ਕੋਰਨਰ ਤੋਂ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇ ਵੇਖਦੇ ਹੋ ਫੇਸਬੁੱਕ ਪੇਜ ਤੋਂ ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਤਾਂ ਫੋਲੋ ਜ਼ਰੂਰ ਕਰ ਲਿਓ। ਜਿੰਨੇ ਵੀ ਆਪਾਂ ਸੂਟ ਬਣਾਉਣੇ ਆ ਸਾਰਿਆਂ ਦੇ ਡਿਜ਼ਾਈਨ ਇੰਸਟਾਗ੍ਰਾਮ ਦੇ ਉੱਪਰ ਮਿਲ ਜਾਣਗੇ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਾਂ ਸਕਰੀਨ ਦੇ ਉੱਪਰ ਲਿਖਿਆ ਹੋਇਆ ਸ਼ੋਅ ਹੋਜੂਗਾ। ਜਵੰਦਾ ਡੋਟ ਗੁਰਮੀਤ ਮੇਰੀ ਇੰਸਟਾਗ੍ਰਾਮ ਦੀ ਆਈਡੀਆ ਸਰਚ ਕਰਕੇ ਜਾ ਸਕਦੇ ਹੋ ਅਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ। ਠੀਕ ਹੈ ਜੀ, ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਪਹਿਲੇ ਔਰੇਂਜ ਕਲਰ ਦੇ ਸੂਟ ਦੇ ਨਾਲ, ਬਹੁਤ ਪਿਆਰਾ ਕਲਰ ਹੈ ਵੀ, ਲਾਈਟ ਡਾਰਕ ਜੋ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋ। ਲਓ ਜੀ, ਕਾਫੀ ਜ਼ਿਆਦਾ ਸੋਹਣਾ ਸੂਟ ਹੈ। ਇਸ ਤਰ੍ਹਾਂ ਦੇ ਨਾਲ ਇਹਦੇ ਘੇਰ ਦੇ ਉੱਪਰ ਕੰਮ ਕੀਤਾ ਹੋਇਆ, ਜਿਹੜਾ ਵੀ ਇਹ ਕੰਮ ਹੈ ਇਹਦੇ ਘੇਰ ਦੇ ਉੱਪਰ ਕੀਤਾ ਹੋਇਆ, ਅਤੇ ਵਿੱਚ ਬੂਟੀ ਹੈਗੀ ਅਤੇ ਇਹ ਨੈੱਕ ਦਾ ਕੰਮ ਹੈ। ਇਹ ਆਪਾਂ ਕੀਤਾ ਹੋਇਆ ਜੀ ਨੈਚੁਰਲ ਕਰੇਪ ਦੇ ਉੱਪਰ, ਔਰੇਂਜ ਕਲਰ ਦਾ ਸੂਟ ਹੈ। ਤੁਸੀਂ ਪਿਓਰ ਕਰੇਪ 'ਤੇ ਵੀ ਕਰਵਾ ਸਕਦੇ ਹੋ, ਪਿਓਰ ਕਰੇਪ ਅਤੇ ਨੈਚੁਰਲ ਕਰੇਪ ਦੇ ਸੂਟ ਦੇ ਵਿੱਚ 3000 ਰੁਪਏ ਦਾ ਰੇਟ ਦਾ ਫਰਕ ਰਹੂਗਾ। ਠੀਕ ਆ ਜੀ, ਅਗਰ ਤੁਸੀਂ ਪਿਓਰ ਕਰੇਪ 'ਤੇ ਕਰਵਾਓਗੇ ਉਹ ਆਪਾਂ ਤੁਹਾਨੂੰ ਡਾਈ ਕਰਵਾ ਕੇ ਹੀ ਤੁਹਾਨੂੰ ਸੂਟ ਤਿਆਰ ਕਰਕੇ ਦੇਵਾਂਗੇ। ਅਤੇ ਇਹ ਹੈਗਾ ਇਹਦੀ ਬਾਜੂ ਦਾ ਕੰਮ। ਇਹਦੇ ਵਿੱਚ ਇਹ ਡਿਜ਼ਾਈਨ ਦੇ ਵਿੱਚ ਖਾਸ ਗੱਲ ਇਹ ਹੈ ਵੀ ਇਹਦੀਆਂ ਬਾਹਾਂ ਨੇ ਆਪਾਂ ਹੈਵੀ ਕੀਤੀਆਂ ਹੋਈਆਂ ਨੇ, ਇਹਦੇ ਵਿੱਚ ਦਬਕਾ ਕੱਟਦਾਣਾ ਸੀਕੁਐਂਸ ਅਤੇ ਮੋਤੀ ਦਾ ਆਪਾਂ ਇਹਦੇ 'ਚ ਕੰਮ ਕੀਤਾ ਹੋਇਆ, ਅਤੇ ਕਾਫੀ ਜ਼ਿਆਦਾ ਸੋਹਣਾ ਲੱਗਦਾ ਸੂਟ। ਕਲਰ ਦੀ ਤੁਹਾਡੀ ਮਰਜ਼ੀ ਰਹੂ ਜੀ, ਕਲਰ ਕੰਟਰਾਸਟ ਤੁਸੀਂ ਕੋਈ ਵੀ ਲਗਵਾ ਸਕਦੇ ਹੋ, ਕਲਰ ਜਿਹੜਾ ਤੁਸੀਂ ਕਹੋਗੇ ਜੀ ਉਸ ਕਲਰ 'ਤੇ ਬਣ ਜੂਗਾ, ਅਤੇ ਕੰਮ ਤੁਹਾਨੂੰ ਵਧੀਆ ਸਾਫ਼ ਸੁਥਰਾ ਮਿਲੂਗਾ, ਕੰਮ ਆਪਣਾ ਸਮੇਂ ਹਿੱਸਾ ਵਧੀਆ ਹੀ ਹੁੰਦਾ। ਠੀਕ ਹੈ ਜੀ, ਲਓ ਜੀ ਇਹ ਪਹਿਲਾ ਸੂਟ ਹੋ ਗਿਆ। ਤੁਸੀਂ ਸਿਲਾਈ ਕਰਾਉਣਾ ਸਿਲਾਈ ਕਰਕੇ ਮੰਗਵਾਓ ਜੀ, ਬਿਨਾਂ ਸਿਲਾਈ ਤੋਂ ਮੰਗਵਾਉਣਾ ਬਿਨਾਂ ਸਿਲਾਈ ਤੋਂ ਮੰਗਵਾਓ। ਅਤੇ ਨਾਲ ਹੈਗਾ ਜੀ ਇਹਦੇ ਪਿਓਰ ਚਨੂਨ ਦਾ ਦੁਪੱਟਾ, ਸਕਰੀਨ ਦੇ ਉੱਪਰ ਪ੍ਰਾਈਸ ਸ਼ੋਅ ਹੋਜੂਗਾ, ਹੈਵੀ ਬਾਹਾਂ ਨੇ ਇਹਦੇ। ਅਤੇ ਇਹ ਸੂਟ ਦਾ ਜਿਹੜਾ ਪ੍ਰਾਈਸ ਉਹ ਹੋਊਗਾ ਅਨਸਟਿਚਡ ਹੋਊਗਾ। ਜਿੰਨੇ ਵੀ ਸੂਟਾਂ ਦੇ ਪ੍ਰਾਈਸ ਉਹ ਮੈਂ ਸਕਰੀਨ 'ਤੇ ਕਰਦੀ ਹੁੰਦੀ ਹਾਂ, ਬਿਨਾਂ ਸਿਲਾਈ ਤੋਂ ਕਰਦੀ ਹੁੰਦੀ ਹਾਂ ਜੀ। ਦੁਪੱਟਾ ਇਹਦੇ ਨਾਲ ਪਿਓਰ ਚਨੂਨ ਦਾ ਰੱਖਿਆ ਹੋਇਆ, ਜਿੰਨੇ ਵੀ ਹੈਂਡ ਵਰਕ ਦੇ ਸੂਟ ਨੇ ਸਭ ਨਾਲ ਅਸੀਂ ਦੁਪੱਟਾ ਪਿਓਰ ਚਨੂਨ ਦਾ ਰੱਖਦੇ ਹਾਂ। ਅਗਰ ਤੁਸੀਂ ਦੁਪੱਟਾ ਨਹੀਂ ਪਿਓਰ ਚਨੂਨ ਦਾ ਲੈਣਾ ਚਾਹੁੰਦੇ, ਤੁਸੀਂ ਸੈਮੀ ਚਨੂਨ ਲੈਣਾ ਚਾਹੁੰਦੇ ਹੋਗੇ, ਰੇਟ 1000 ਰੁਪਏ ਤੁਹਾਨੂੰ ਲੈਸ ਪੈ ਜੂਗਾ। ਜਿੰਨਾ ਦੁਪੱਟਾ ਆਪਣੇ ਪਿਓਰ ਚਨੂਨ ਦੇ ਹੋਣਗੇ ਜੀ, ਬਿਲਕੁਲ ਪਿਓਰ ਵਾਲੀ ਕੁਆਲਿਟੀ ਹੋਊਗੀ, 44 ਇੰਚ ਪਨਾ ਹੋਊਗਾ, 44.5 ਦੇ ਮਿਲਣਗੇ, 2.5 ਇੰਚ ਇਹਦੀ 2.5 ਮੀਟਰ ਇਹਦੀ ਲੈਂਥ ਹੋਊਗੀ, ਅਤੇ 44 ਇੰਚ ਇਹਦੀ ਵਿੜਥ ਹੋਊਗੀ। ਐਨ ਖੁੱਲ੍ਹੇ ਆਪਾਂ ਨੂੰ ਦੁਪੱਟੇ ਮਿਲਣਗੇ ਅਤੇ ਕੁਆਲਿਟੀ ਦੇ ਮਿਲਣਗੇ, ਨਵ ਭਾਰਤ ਦੇ ਚਨੂਨ ਦੇ। ਇਹ ਪਹਿਲਾ ਹੋ ਗਿਆ ਜੀ, ਅਗਲਾ ਸੂਟ ਦਿਖਾ ਦਈਏ। ਸਕਰੀਨਸ਼ੋਟ ਲਈ ਚੱਲਿਓ ਅਗਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ। ਇਹਨਾਂ ਦੇ ਵਿੱਚੋਂ ਦੂਸਰਾ ਵਾਲਾ ਸੂਟ ਵੀ ਕਾਫੀ ਜ਼ਿਆਦਾ ਸੋਹਣਾ, ਇਹ ਹੈਗਾ ਜੀ ਬਲੂ ਸ਼ੇਡ ਦੇ ਉੱਪਰ, ਰੋਇਲ ਬਲੂ ਕਲਰ ਦਾ ਸੂਟ ਹੈ। ਇਹ ਵੀ ਆਪਾਂ ਬਣਾਇਆ ਹੋਇਆ ਨੈਚੁਰਲ ਕਰੇਪ ਦੇ ਉੱਪਰ, ਬਹੁਤ ਜ਼ਿਆਦਾ ਹੈਵੀ ਕੰਮ ਹੈ ਸਾਰਾ, ਸ਼ਰਟ ਦੇ ਉੱਪਰ ਬਹੁਤ ਹੈਵੀ ਕੰਮ ਕੀਤਾ ਹੋਇਆ। ਇਹ ਆਪਣੇ ਕੋਲ ਅਨਸਟਿਚ ਜਾਣਗੇ ਸੂਟ ਜੀ, ਜਿਹੜੇ ਸੂਟ ਸਿਲਾਈ ਹੋ ਕੇ ਜਾਂਦੇ ਨੇ ਉਹਨਾਂ ਦੀ ਆਪਾਂ ਵਿਦ ਸਟਿਚਿੰਗ ਵੀਡੀਓ ਬਣਾਉਣੇ ਆ, ਜੋ ਸਿਲਾਈ ਹੋ ਜਾਂਦੇ ਨੇ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜੀ, ਹੈ ਨਾ ਵੀ ਤੁਹਾਡੇ ਪਹਿਨਿਆ ਹੋਇਆ ਕਿਸ ਤਰ੍ਹਾਂ ਦਾ ਲੱਗੂ। ਇਹ ਹੈਗਾ ਜੀ ਨੈੱਕ ਦਾ ਕੰਮ, ਇਹ ਦੇਖੋ
ਇਸ ਤਰ੍ਹਾਂ ਇਹ ਨੈੱਕ ਦਾ ਕੰਮ ਹੈ, ਹੈਵੀ ਨੈੱਕ ਦੇ ਉੱਪਰ ਕੰਮ ਆਊਗਾ। ਇਹ ਹੈਗਾ ਜੀ ਉਸ ਤੋਂ ਬਾਅਦ ਚਾਕ ਘੇਰੇ ਦਾ ਕੰਮ ਅਤੇ ਇਸ ਤਰ੍ਹਾਂ ਦੇ ਨਾਲ ਪੂਰੇ ਕਮੀਜ਼ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ ਅਤੇ ਕਾਫੀ ਜ਼ਿਆਦਾ ਸੋਹਣਾ ਲੱਗਦਾ। ਇਹ ਵਾਲਾ ਸੂਟ ਵੀ ਸਾਰਾ ਹੈਂਡਵਰਕ ਦਾ ਸੂਟ ਹੈ ਜੀ, ਕਿਤੇ ਵੀ ਆਪਾਂ ਇਹਦੇ ਵਿੱਚ ਮਸ਼ੀਨ ਦਾ ਇਸਤੇਮਾਲ ਨਹੀਂ ਕੀਤਾ ਅਤੇ ਨੈਚੁਰਲ ਕਰੇਪ 'ਤੇ ਬਣਿਆ ਹੋਇਆ। ਪਿਓਰ ਕਰੇਪ 'ਤੇ ਕਰਵਾਉਣਾ ਤੁਹਾਡੀ ਇੱਛਾ ਰਹੂਗੀ, ਕਿਸੇ ਹੋਰ ਸਟੱਫ 'ਤੇ ਕਰਵਾਉਣਾ ਉਹ ਵੀ ਤੁਹਾਡੀ ਇੱਛਾ ਰਹੂਗੀ, ਠੀਕ ਹੈ ਜੀ। ਕਾਫੀ ਜ਼ਿਆਦਾ ਸੋਹਣਾ ਇਹ ਸੂਟ ਹੈ ਅਤੇ ਵਰਕ ਵੀ ਕਾਫੀ ਸੋਹਣਾ ਹੋਇਆ ਹੋਇਆ। ਇੱਥੇ ਦੋ ਪੀਕੌਕ ਬੈਠੇ ਨੇ ਅਤੇ ਇਹ ਜਿਹੜਾ ਇਹਦੇ ਵਿੱਚ ਛੋਟੇ ਫੁੱਲ ਨੇ, ਇਹਦੇ ਵਿੱਚ ਵੀ ਛੋਟੀਆਂ ਛੋਟੀਆਂ ਚਿੜੀਆਂ ਦਾ ਡਿਜ਼ਾਇਨ ਹੈ। ਇਹ ਦੇਖੋ ਕੰਮ ਸਾਰਾ ਆਪਣਾ ਸਾਫ਼ ਸੁਥਰਾ ਹੁੰਦਾ ਜੀ, ਵਧੀਆ ਵਾਲਾ ਕੰਮ ਕਰਕੇ ਦੇਵਾਂਗੇ ਤੁਹਾਨੂੰ। ਨਾਲ ਦੁਪੱਟਾ ਆ ਗਿਆ ਜੀ ਪਿਓਰ ਚਨੂਨ ਦਾ, ਅਤੇ ਇਸ ਤਰ੍ਹਾਂ ਪਿਓਰ ਚਨੂਨ ਦੇ ਦੁਪੱਟੇ ਨੂੰ ਆਪਾਂ ਬਰੀਕ ਜੀ ਕਿਨਾਰੀ ਦਿੱਤੀ ਹੋਈ ਹੈ। ਕਈ ਕਸਟਮਰ ਲੇਸ ਆ ਜਿਹੜੀ ਮੋਟੀ ਕਹਿੰਦੇ, ਸਾਨੂੰ ਥੋੜ੍ਹੀ ਜਿਹੀ ਚੌੜੀ ਲੈਸ ਲਾ ਕੇ ਦਿਓ, ਕਈ ਕਸਟਮਰ ਕਹਿ ਬਰੀਕ ਲਾਈਕ ਕਰਦੇ ਨੇ। ਤੁਸੀਂ ਲਿਖ ਸਕਦੇ ਹੁੰਦੇ ਹੋ ਜੀ ਵੀ ਸਾਨੂੰ ਕਿਸ ਤਰ੍ਹਾਂ ਦੀ ਲੇਸ ਚਾਹੀਦੀ ਹੈ। ਆਪਾਂ ਇਹਦੇ ਨਾਲ ਪਿਓਰ ਚਨੂਨ ਦੇ ਦੁਪੱਟੇ ਨਾਲ ਇਹ ਮੈਚਿੰਗ ਲੇਸ ਦਿੱਤੀ ਹੋਈ ਹੈ, ਠੀਕ ਹੈ ਜੀ। ਕਾਫੀ ਜ਼ਿਆਦਾ ਸੋਹਣਾ ਸੂਟ ਹੈ, ਤੁਸੀਂ ਆਪਣੇ ਹਿਸਾਬ ਦੇ ਨਾਲ ਸੂਟ ਨੇ ਜਿਹੜੇ ਸਾਡੇ ਤੋਂ ਮੰਗਵਾ ਸਕਦੇ ਹੋ, ਘਰ ਬੈਠੇ ਤਿਆਰ ਕਰਵਾ ਸਕਦੇ ਹੋ। ਕੰਮ ਤੁਹਾਨੂੰ ਸਾਰਾ ਫਿਨਿਸ਼ਿੰਗ ਵਾਲਾ ਮਿਲੂਗਾ ਜੀ, ਕੰਮ ਦੇ ਵਿੱਚ ਆਪਣੇ ਦੇ ਫਿਨਿਸ਼ਿੰਗ ਹੁੰਦੀ ਹੈ। ਨੈਕਸਟ ਸੂਟ ਇੱਕ ਹੋਰ ਦਿਖਾ ਦਈਏ। ਲਓ ਜੀ ਇਹ ਆਪਾਂ ਮਡਾਲ ਦੇ ਉੱਪਰ ਕੀਤਾ ਹੋਇਆ ਗ੍ਰੇ ਕਲਰ ਦਾ ਸੂਟ ਹੈ। ਇਹ ਵੀ ਸਾਰਾ ਕੰਮ ਹੈ ਜਿਹੜਾ ਹੈਂਡਵਰਕ ਦਾ ਕੀਤਾ ਹੋਇਆ। ਇਹ ਜਿਹੜਾ ਡਿਜ਼ਾਇਨ ਹੈ ਕਾਫੀ ਜ਼ਿਆਦਾ ਸੋਹਣਾ ਲੱਗਦਾ। ਮੇਰੇ ਕੋਲ ਇਹਦੇ ਨਾਲ ਤਾਂ ਬਲੈਕ ਕਲਰ ਦਾ ਸੂਟ ਸੀ, ਤੁਸੀਂ ਬਲੈਕ 'ਤੇ ਵੀ ਕਰਵਾ ਸਕਦੇ ਹੋ। ਸਕਰੀਨ 'ਤੇ ਇੱਧਰਲੇ ਪਾਸੇ ਤੁਹਾਨੂੰ ਪਿਕ ਸ਼ੇਅਰ ਹੋ ਜੂਗੀ। ਅਤੇ ਇਹ ਸਾਰਾ ਕੰਮ ਜੀ ਹੈਂਡ ਦਾ ਕੀਤਾ ਹੋਇਆ। ਅਗਰ ਤੁਹਾਨੂੰ ਇਹ ਡਿਜ਼ਾਇਨ ਪਸੰਦ ਹੈ ਤਾਂ ਤੁਸੀਂ ਇਹ ਮਸ਼ੀਨ ਦੇ ਵਿੱਚ ਵੀ ਕਰਵਾ ਸਕਦੇ ਹੋ, ਮਸ਼ੀਨ ਦੇ ਵਿੱਚ ਵੀ ਇੰਨੇ ਸੋਹਣਾ ਲੱਗੂਗਾ। ਬਾਕੀ ਹੈਂਡ ਅਤੇ ਮਸ਼ੀਨ ਦੇ ਕੰਮ ਦਾ ਦੇਖੋ ਥੋੜ੍ਹਾ ਮੋਟਾ ਤਾਂ ਫਰਕ ਹੁੰਦਾ ਹੀ ਹੁੰਦਾ, ਥੋੜ੍ਹਾ ਮੋਟਾ ਨਹੀਂ ਕਾਫੀ ਜ਼ਿਆਦਾ ਫਰਕ ਹੁੰਦਾ ਜੀ। ਜਿਵੇਂ ਜਿੰਨਾ ਇਹਨਾਂ ਦੇ ਫਿਨਿਸ਼ਿੰਗ ਦੇ ਵਿੱਚ ਫਰਕ ਹੋਊ ਜਾਂ ਇਹਨਾਂ ਸੋਹਣਿਆਂ ਦੇ ਲੱਗਣ ਦੇ ਵਿੱਚ ਫਰਕ ਹੁੰਦਾ ਹੈ ਨਾ, ਜਿਸ ਤਰ੍ਹਾਂ ਹੈਂਡ ਦਾ ਕੰਮ ਸੋਹਣਾ ਲੱਗਦਾ, ਸਾਨੂੰ ਪਤਾ ਲੱਗਦਾ ਵੀ ਹੈਂਡ ਦਾ ਹੈਗਾ, ਅਤੇ ਉਹਨਾਂ ਇਹਨਾਂ ਦੇ ਰੇਟ ਦੇ ਵਿੱਚ ਵੀ ਫਰਕ ਹੁੰਦਾ, ਠੀਕ ਹੈ ਜੀ। ਜਿਹੜਾ ਕੰਮ 3000 ਦਾ ਹੈਂਡ ਦਾ ਬਣੂਗਾ, ਮਸ਼ੀਨ ਦੇ ਵਿੱਚ ਉਹ 1000 ਰੁਪਏ 1500 ਦੇ ਵਿੱਚ ਬਣ ਜਾਂਦਾ, ਅੱਧਾ ਦਾ ਫਰਕ ਪੈ ਜਾਂਦਾ, 1500 ਦੇ ਵਿੱਚ ਬਣ ਜਾਂਦਾ। ਲਓ ਜੀ ਇਹ ਵਾਲੀ ਬੂਟੀ ਆਊਗੀ ਇਹਦੇ ਬਾਂਹ ਦੇ ਉੱਪਰ। ਜਿੰਨਾ ਵੀ ਇਹ ਕੰਮ ਹੈ ਸਾਰਾ ਆਪਾਂ ਹੱਥ ਦੇ ਨਾਲ ਕੀਤਾ ਹੋਇਆ ਅਤੇ ਸੋਹਣਾ ਲੱਗਦਾ ਹੈਗਾ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਤਿਆਰ ਕਰਵਾ ਸਕਦੇ ਹੋ ਜੀ। ਨਾਲ ਦੁਪੱਟਾ ਰੱਖਿਆ ਹੋਇਆ ਜੀ ਪਿਓਰ ਚਨੂਨ ਦਾ, ਅਤੇ ਪਿਓਰ ਚਨੂਨ ਦੇ ਦੁਪੱਟੇ ਨੂੰ ਓਏ ਕੁੜੀਏ ਦੁਪੱਟਾ ਰੱਖਿਆ ਨਾਲ ਪਿਓਰ ਚਨੂਨ ਦਾ, ਅਤੇ ਪਿਓਰ ਚਨੂਨ ਦੇ ਦੁਪੱਟੇ ਨੂੰ ਆਪਾਂ ਟਾਈ ਟਾਈ ਕੀਤਾ ਹੋਇਆ। ਦੁਪੱਟੇ ਆਪਣੇ ਹਮੇਸ਼ਾ ਦੀ ਤਰ੍ਹਾਂ ਖੁੱਲ੍ਹੇ ਮਿਲਣਗੇ ਤੁਹਾਨੂੰ, ਠੀਕ ਹੈ ਜੀ। ਇਹ ਦੁਪੱਟਾ ਕਿਵੇਂ ਟਾਈ ਕੀਤਾ ਦੇਖੋ, ਕਾਫੀ ਜ਼ਿਆਦਾ ਸੋਹਣਾ ਲੱਗਦਾ। ਇਸ ਤਰ੍ਹਾਂ ਇਹ ਆ ਗਿਆ ਜੀ ਪੱਲੇ, ਥੋੜ੍ਹਾ ਜਿਹਾ ਇਗਨੋਰ ਕਰਿਓ ਪ੍ਰੈਸ ਮਾਰਨ ਵਾਲੀ ਆ। ਇਹ ਆ ਗਿਆ ਜੀ ਸੈਂਟਰ ਦੇ ਵਿੱਚ ਵੱਡਾ ਖੁੱਲ੍ਹ, ਇਹ ਆ ਗਿਆ ਇੱਧਰਲੇ ਪਾਸੇ, ਠੀਕ ਹੈ। ਇਸ ਤਰ੍ਹਾਂ ਦੁਪੱਟਾ ਲਓ ਜੀ। ਨੈਕਸਟ ਸੂਟ ਆਪਾਂ ਬਣਾਇਆ ਹੋਇਆ ਜੀ ਰੈੱਡ ਕਲਰ ਦੇ ਉੱਪਰ। ਇਹ ਵੀ ਹੈ ਜਿਹੜਾ ਡਿਜ਼ਾਇਨ ਕਾਫੀ ਜ਼ਿਆਦਾ ਸੋਹਣਾ ਹੈਗਾ ਅਤੇ ਕਾਫੀ ਹੈਵੀ ਡਿਜ਼ਾਇਨ ਬਣਦਾ ਇਹ। ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ। ਲਓ ਜੀ ਇਹ ਹੈਗਾ ਜੀ ਇਹਦੇ ਨੈੱਕ ਦਾ ਕੰਮ, ਅਤੇ ਪੂਰੇ ਕਮੀਜ਼ ਦੇ ਵਿੱਚ ਇਸ ਤਰ੍ਹਾਂ ਇਹ ਲਾਈਨਿੰਗ ਜਾਊਗੀ, ਕੋਈ ਮੋਤੀ ਦੀ ਕੋਈ ਸੀਕੁਐਂਸ ਦੀ ਇਸ ਤਰ੍ਹਾਂ ਦੇ ਨਾਲ ਲਾਈਨਿੰਗ ਜਾਊਗੀ। ਅਤੇ ਇਹ ਹੈਗਾ ਜੀ ਘੇਰ ਦਾ, ਬਹੁਤ ਪਿਆਰਾ ਕੰਮ ਹੈ ਜਿਹੜਾ ਘੇਰ ਦੇ ਉੱਪਰ ਕੀਤਾ ਹੋਇਆ, ਠੀਕ ਹੈ। ਤੁਹਾਨੂੰ ਇਹ ਲੱਗਦਾ ਹੋਊਗਾ ਵੀ ਪੈਚ ਲਾਇਆ, ਇਹ ਪੈਚ ਨਹੀਂ ਲਾਇਆ ਜੀ, ਇਹ ਥਰੈਡ ਦਾ ਹੀ ਆਪਾਂ ਜਿਹੜਾ ਕੰਮ ਹੈਗਾ ਕਾਫੀ ਜ਼ਿਆਦਾ ਜਿਹੜਾ ਸੰਘਣਾ ਕਰਿਆ ਹੋਇਆ, ਇਹ ਪੈਚ ਵਰਗਾ ਹੀ ਲੱਗਦਾ ਹੈਗਾ ਅਤੇ ਬਹੁਤ ਜ਼ੋਰਦਾਰ ਸੋਹਣਾ ਲੱਗਦਾ। ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੇ ਨਾਲ ਇਹ ਆਪਾਂ ਕੰਮ ਕੀਤਾ, ਇਹ ਘੇਰ ਦਾ ਆ ਗਿਆ ਜੀ ਸੈਂਟਰ ਦੇ ਵਿੱਚ ਅੱਗੇ ਅੱਗੇ ਇਸ ਤਰ੍ਹਾਂ ਜਾਊਗਾ, ਅਤੇ ਆ ਗਿਆ ਨੈੱਕ ਦਾ।
ਕੰਮ ਤੁਹਾਨੂੰ ਸਾਰਾ ਫਿਨਿਸ਼ਿੰਗ ਵਾਲਾ ਮਿਲੂਗਾ, ਜਿੰਨਾ ਵੀ ਕੰਮ ਹੁੰਦਾ ਆਪਣਾ ਫਿਨਿਸ਼ਿੰਗ ਵਾਲਾ ਹੁੰਦਾ, ਕੱਪੜੇ ਦੀ ਕੁਆਲਿਟੀ ਅਤੇ ਫਿਨਿਸ਼ਿੰਗ ਕਰਕੇ ਹੀ ਅਸੀਂ ਤੁਹਾਡੇ ਤੋਂ ਹੈ ਨਾ ਔਡਰ ਲੈਂਦੇ ਹਾਂ ਜੀ। ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਆਪਣਾ, ਪਰਮਾਤਮਾ ਦੀ ਮਿਹਰਬਾਨੀ ਦੇ ਨਾਲ ਤੁਹਾਡਾ ਪਿਆਰ ਸਦਕਾ ਇਸ ਤਰ੍ਹਾਂ ਹੀ ਵਿਸ਼ਵਾਸ ਪਿਆਰ ਬਣਿਆ ਰਹੇ, ਠੀਕ ਹੈ। ਅਤੇ ਕਾਫੀ ਕਸਟਮਰ ਕਹਿ ਦਿੰਦੇ ਨੇ ਜੀ ਤੁਸੀਂ ਰਿਪਲਾਈ ਨਹੀਂ ਦੋ ਤਿੰਨ ਦਿਨ ਦਿੰਦੇ। ਦੇਖੋ ਜੀ ਮੈਸੇਜ ਬਹੁਤ ਜ਼ਿਆਦਾ ਹੁੰਦੇ ਨੇ, ਫਿਰ ਵਿੱਚ ਦੀ ਬੁਟੀਕ ਦਾ ਕੰਮ ਵੀ ਹੋ ਜਾਂਦਾ ਹੈ ਨਾ, ਉਂਝ ਮੈਂ ਰਿਪਲਾਈ ਕਰੀ ਜਾਂਦੀ ਹੁੰਦੀ ਹਾਂ। ਜਿਹੜੇ ਕਸਟਮਰ ਬਾਰ ਬਾਰ ਮੈਸੇਜ ਕਰਦੇ ਨੇ ਉਹਨਾਂ ਦੇ ਰਿਪਲਾਈ ਜ਼ਿਆਦਾ ਲੇਟ ਹੋ ਜਾਂਦੇ ਨੇ। ਇਹ ਕੰਮ ਆਜੂਗਾ ਜੀ ਬਾਂਹ ਦੇ ਉੱਪਰ, ਇਸ ਤਰ੍ਹਾਂ ਦਾ ਕੰਮ ਬਹੁਤ ਸੋਹਣਾ ਬਾਂਹ ਦਾ, ਇਹ ਪੂਰੀ ਫੁੱਲ ਬਾਜੂ ਦਾ ਕੰਮ ਕੀਤਾ ਹੋਇਆ, ਅਤੇ ਇਹ ਕੰਮ ਆਜੂਗਾ ਸਲਵਾਰ ਦੇ ਉੱਪਰ, ਇਹ ਸਲਵਾਰ ਦੇ ਉੱਪਰ ਕੰਮ ਆਜੂਗਾ। ਸਲਵਾਰ 'ਤੇ ਵੀ ਕਾਫੀ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ, ਅਤੇ ਨਾਲ ਰੱਖਿਆ ਹੋਇਆ ਦੁਪੱਟਾ ਪਿਓਰ ਚਨੂਨ ਦਾ। ਪਿਓਰ ਚਨੂਨ ਦੇ ਦੁਪੱਟੇ ਨੂੰ ਆਪਾਂ ਗੋਲਡਨ ਕਲਰ ਦੀ ਇਸ ਤਰ੍ਹਾਂ ਲੇਸ 'ਤੇ ਦਿੱਤੀ ਹੈ, ਫਿਰੋਜ਼ੀ ਕਲਰ ਦੀ, ਰੈੱਡ ਅਤੇ ਫਿਰੋਜ਼ੀ ਕੰਟਰਾਸਟ ਦਾ ਸੂਟ ਬਣਾਇਆ। ਲਾਈਟ ਬਣਾਉਣਾ, ਡਾਰਕ ਬਣਾਉਣਾ, ਇਹ ਤੁਹਾਡੇ ਹੱਥ ਦੇ ਵਿੱਚ ਹੈ, ਠੀਕ ਹੈ। ਜਿਵੇਂ ਕਸਟਮਰ ਕਹਿੰਦੇ ਨੇ ਵੀ ਸਾਨੂੰ ਜੀ ਇਹੀ ਕਲਰ ਲਾ ਕੇ ਦਿਓ, ਅਸੀਂ ਉਹੀ ਕਲਰ ਦਾ ਸੂਟ ਬਣਾ ਕੇ ਦੇਣਾ ਹੁੰਦਾ। ਅਗਰ ਤੁਸੀਂ ਲਾਈਟ ਸ਼ੇਡ ਲਾਈਕ ਕਰੋਗੇ ਜੀ, ਅਸੀਂ ਲਾਈਟ ਹੀ ਬਣਾ ਕੇ ਦੇਵਾਂਗੇ। ਹਰ ਕੰਮ ਅਸੀਂ ਕਸਟਮਰ ਦੀ ਚੋਇਸ ਅਨੁਸਾਰ ਕਰਨਾ। ਚਲੋ ਠੀਕ ਹੈ ਜੀ, ਕਈ ਸੂਟ ਦਿਖਾਏ ਨੇ ਅਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਸੂਟ ਰੰਗ ਡਿਜ਼ਾਇਨ ਤੁਹਾਨੂੰ ਵਧੀਆ ਲੱਗੇ ਹੋਣੇ। ਕਿਸ ਤਰ੍ਹਾਂ ਦੇ ਲੱਗੇ ਡਿਜ਼ਾਇਨ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ। ਅਤੇ ਦੁਬਾਰਾ ਫਿਰ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਵੀ ਰਿਪਲਾਈ ਲਈ ਥੋੜ੍ਹਾ ਤੁਹਾਨੂੰ ਵੇਟ ਕਰਨਾ ਹੀ ਪਊਗਾ। ਰਿਪਲਾਈ ਮੈਸੇਜ ਬਹੁਤ ਜ਼ਿਆਦਾ ਹੁੰਦੇ ਨੇ, ਅਤੇ ਨਾ ਚਾਹੁੰਦੇ ਹੋਏ ਵੀ ਮੈਸੇਜ ਲੇਟ ਹੋ ਜਾਂਦੇ ਨੇ। ਫਿਰ ਕੋਈ ਵਰਕਰ ਨੇ ਆਉਣਾ ਜੀ, ਕੁਛ ਪਾਰਸਲ ਤੋਰਨੇ ਨੇ, ਕੁਛ ਵੀਡੀਓਸ ਅਪਲੋਡ ਕਰਨੀਆਂ ਨੇ, ਹੈ ਨਾ, ਕੁਛ ਵੀਡੀਓਸ ਬਣਾਉਣੀਆਂ ਨੇ, ਕਸਟਮਰ ਦੇ ਬਿੱਲ ਪਾਉਣੇ ਨੇ, ਇਸ ਤਰ੍ਹਾਂ ਦੇ ਨਾਲ ਵੀ ਹੋਰ ਬਹੁਤ ਸਾਰਾ ਕੰਮ ਹੁੰਦਾ ਜਿਹੜਾ ਬੁਟੀਕ ਦਾ, ਬਾਜ਼ਾਰ ਵੀ ਜਾਣਾ ਹੁੰਦਾ, ਉਹਦੇ ਕਰਕੇ ਨਾ ਥੋੜ੍ਹੇ ਜਿਹਾ ਮੈਸੇਜ ਰਿਪਲਾਈ ਨੂੰ ਲੇਟ ਹੋ ਜਾਂਦੇ ਨੇ। ਅਤੇ ਅਗਲੀ ਗੱਲ ਇਹ ਹੈ ਵੀ ਜਿਹੜਾ ਇਹ ਮੈਸੇਜ ਰਿਪਲਾਈ ਦਾ ਕੰਮ ਆ, ਆਪਾਂ ਥਰਡ ਪਰਸਨ 'ਤੇ ਵੀ ਨਹੀਂ ਛੱਡ ਸਕਦੇ, ਹੈ ਨਾ, ਇਹ ਆਪ ਨੂੰ ਹੀ ਧਿਆਨ ਦੇ ਨਾਲ ਕਰਨਾ ਪੈਂਦਾ। ਕਈ ਵਾਰੀ ਛੱਡ ਕੇ ਦੇਖਿਆ ਤਾਂ ਉੱਥੇ ਗੜਬੜ ਹੋ ਜਾਂਦੀ ਹੈ, ਇਸ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਰਿਪਲਾਈ ਦਾ ਵੇਟ ਕਰਨਾ ਪਊ। ਚਲੋ ਠੀਕ ਹੈ ਜੀ, ਅੱਜ ਵਾਲੀ ਵੀਡੀਓ ਤਾਂ ਇੱਥੇ ਕਰਦੇ ਹਾਂ, ਅਤੇ ਪੂਰੀ ਉਮੀਦ ਕਰਦੇ ਹਾਂ ਸਾਡੇ ਸੂਟ ਤੁਹਾਨੂੰ ਵਧੀਆ ਲੱਗੇ ਹੋਣੇ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ, ਠੀਕ ਹੈ ਜੀ। ਫਿਰ ਕੱਲ੍ਹ ਨੂੰ ਨਵੇਂ ਸੂਟਾਂ ਅਤੇ ਰੰਗਾਂ ਦੇ ਨਾਲ ਮਿਲਦੇ ਹਾਂ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ, ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ, ਹੰਢਾਉਂਦੇ ਰਹੋ। ਮਿਲਦੇ ਹਾਂ ਜੀ ਫਿਰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।